ਮੈਂ ਦੇਖੋ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਜ਼ਰੂਰਤ ਹੈ ਔਰ ਕੋਈ ਪੈਸੇ ਦੀ ਦਿੱਕਤ ਨਹੀਂ, ਕਿਉਂਕਿ ਮੈਂ ਇੱਕ ਗੱਲ ਬੜੇ ਫਖਰ ਨਾਲ ਕਹਿੰਦੀ ਹਾਂ ਕਿ ਪਟਿਆਲੇ ਵਿੱਚ ਦਾਨ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ। ਉਹ ਬੱਚੇ ਨੇ ਪਾਣੀ ਦੀ ਬੋਤਲਾਂ ਲਈਆਂ ਤੇ ਉਹ 30 ਰੁਪਏ ਦੇ ਕੇ ਗਿਆ। ਮੈਂ ਬਹੁਤ ਮਨਾ ਕੀਤਾ, ਮੈਂ ਉਹਨੂੰ ਕਿਹਾ, ਮੈਂ ਆਪਣੇ ਵੱਲੋਂ 100 ਦੇ ਰਹੀ ਸੀ। ਮੈਂ ਕਿਹਾ ਬੇਟਾ ਤੂੰ ਮੇਰੇ ਕੋਲ ਨਹੀਂ, ਕਹਿੰਦਾ ਜੀ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ, ਮੈਨੂੰ ਵਧੀਆ ਲੱਗਿਆ। ਇੱਥੇ ਜੋ ਕੋਈ ਜਿੰਨੇ ਜੋਗਾ ਹੈ ਉਹ 10 ਵਾਸਤੇ ਹੈ, ਉਹਦੀ ਕੈਪੇਬਿਲਿਟੀ 50 ਹੈ, ਮਤਲਬ ਉਹ ਕਰਦੇ ਆ ਸਾਰੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਔਨ ਏਅਰ ਨਾਲ, ਮੈਂ ਹਾਂ ਚਰਨਜੀਤ ਜੋਸ਼ੀ। ਪਿਛਲੇ ਦਿਨੀ ਅਸੀਂ ਔਨ ਏਅਰ ਤੇ ਇੱਕ ਖਬਰ ਦਿਖਾਈ ਸੀ ਕਿ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਿਹੜੇ ਵਾਟਰ ਕੂਲਰ ਹੈਗੇ ਆ ਉਹ ਜਿਹੜੇ ਕਿ ਬਹੁਤ ਘੱਟ ਹੈ, ਜਿਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਕਿ ਪਾਣੀ ਠੰਡਾ ਨਹੀਂ ਮਿਲਦਾ, ਜਿਸ ਤੇ ਪਟਿਆਲਾ ਦੇ ਉੱਘੇ ਸਮਾਜ ਸੇਵਕੀ ਮੈਡਮ ਸਤਵਿੰਦਰ ਕੌਰ ਵਾਲੀਆ ਨੇ ਜਦੋਂ ਸਾਡੀ ਖਬਰ ਦੇਖੀ ਤਾਂ ਉਹਨਾਂ ਨੇ ਆਪ ਅੱਗੇ ਹੋ ਕੇ ਜਿਹੜੀ ਕਿ ਰਜਿੰਦਰਾ ਹਸਪਤਾਲ ਵਿੱਚ ਰੋਜ਼ ਪਾਣੀ ਹੁਣੇ ਜਿਹੜੇ ਉਰੇ ਮਰੀਜ਼ਾਂ ਦੇ ਰਿਸ਼ਤੇਦਾਰ ਹੈ ਜਾਂ ਵਾਰਡ ਤੱਕ ਐਮਰਜੈਂਸੀ ਤੱਕ ਪਾਣੀ ਦੀ ਪਹੁੰਚ ਕਰ ਰਹੇ ਨੇ, ਠੰਡਾ ਪਾਣੀ ਹੈ ਬਰਫ਼ ਵਾਲਾ, ਸੋ ਅਸੀਂ ਮੈਡਮ ਨਾਲ ਗੱਲ ਕਰਦੇ ਹਾਂ। ਵਧੀਆ ਉਪਰਾਲਾ ਮੈਡਮ, ਸਤਿ ਸ਼੍ਰੀ ਅਕਾਲ, ਇਹ ਕਿਵੇਂ ਤੁਹਾਡੇ ਪਹਿਲਾਂ ਇਹ ਦਿਮਾਗ 'ਚ? ਇਹਦਾ ਇਸ ਟਾਈਮ ਮੁੱਖ ਸੂਤਰਧਾਰ ਦਾ ਤੁਸੀਂ ਹੋ, ਕਿਉਂਕਿ ਮੈਂ ਤੁਹਾਡੇ ਚੈਨਲ ਦੀ ਨਿਊਜ਼ ਦੇਖੀ ਸੀ ਰਾਤ ਨੂੰ 11 ਵਜੇ, ਤਾਂ ਮੈਂ ਥੋੜ੍ਹਾ ਜਿਹਾ ਇੰਟਰਸਟ ਰਹਿੰਦਾ ਜਿਹੜੇ ਮੇਰੇ ਸ਼ਹਿਰ, ਵੈਸੇ ਤਾਂ ਸਾਰੇ ਹੀ ਆਪਣੇ, ਬਟ ਲੋਕਲ ਪਟਿਆਲੇ ਜਿੱਥੇ ਤੱਕ ਮੈਂ ਪਹੁੰਚ ਸਕਦੀ ਹਾਂ ਤਾਂ ਮੈਂ ਇਹੋ ਜਿਹੀ ਵੀਡੀਓ ਨੂੰ ਜ਼ਰੂਰ ਵਾਚ ਕਰਦੀ ਹਾਂ। ਸੋ ਮੈਂ ਉਹਦੇ 'ਚ ਦੇਖਿਆ ਕਿ ਰਜਿੰਦਰਾ ਹੋਸਪਿਟਲ ਪਾਣੀ ਦੀ ਦਿੱਕਤ ਹੈ, ਤਾਂ ਮੈਂ ਉਹ ਉਸੇ ਟਾਈਮ ਸੋਚ ਲਿਆ ਕਿ ਮੈਂ ਕੱਲ੍ਹ ਤੋਂ ਸਵੇਰੇ ਮੈਂ ਇਹਦੇ ਲਈ ਕੋਈ ਨਾ ਕੋਈ ਕਰਾਂਗੀ ਉਪਰਾਲਾ। ਤਾਂ ਫਿਰ ਸਵੇਰੇ ਅਸੀਂ ਮੈਡੀਕਲ ਸੁਪਰਡੈਂਟ ਨੂੰ ਅਪਲਾਈ ਕੀਤਾ ਸੀਗਾ ਜਗ੍ਹਾ ਵਾਸਤੇ, ਪਰਮਿਸ਼ਨ ਵਾਸਤੇ, ਬਟ ਅਨਫੋਰਚੁਨੇਟਲੀ ਉਸ ਦਿਨ ਰਿਜ਼ਾਈਨ ਕਰ ਗਏ। ਤਾਂ ਜਿਹੜੀ ਹੈ 3-4 ਦਿਨ ਡਿਲੇ ਹੋ ਗਿਆ। ਫਿਰ ਨਵੇਂ MSC ਨੇ ਜੁਆਇਨ ਕੀਤਾ ਤਾਂ ਉਹ 3 ਛੁੱਟੀਆਂ ਆ ਗਈਆਂ ਉਸ ਤੋਂ ਬਾਅਦ। ਸੋ ਸਾਡੀ ਹੁਣ ਇਹ ਸੇਵਾ ਜਿਹੜੀ ਹੈ 20 ਤਰੀਕ ਤੋਂ ਨਿਰੰਤਰ ਚੱਲ ਰਹੀ ਹੈ। ਮੈਡਮ ਕਿੰਨੀ ਕੁ ਲੱਗ ਜਾਂਦੀ ਪਾਣੀ ਦੀ ਬੋਟਲ? 2000 ਬੋਟਲਸ ਪਲੱਸ ਹੋ ਜਾ, ਕੱਲ ਜ਼ਿਆਦਾ ਸੀ, ਸੈਟਰਡੇ ਸੰਡੇ ਤੱਕ 2000 ਲੱਗੀਆਂ। ਕੱਲ ਮੈਂ ਵੀ ਛੁੱਟੀ ਸੀ ਉਹ ਸੈਟਰਡੇ ਸੰਡੇ, ਤਾਂ ਕੱਲ ਸਾਡੀਆਂ 2000 ਨੂੰ ਵੀ ਟੱਪ ਗਈਆਂ ਸੀ। ਅਸੀਂ 5 ਡੱਬੇ, ਫਿਰ ਉਹ ਮਲਹੋਤਰਾ ਜੀ ਆਏ ਸੀ ਜਿਹੜੇ ਸੰਦੀਪ ਮਲਹੋਤਰਾ ਜੀ, ਉਹ ਦੇ ਗਏ ਸੀ 25 ਡੱਬੇ, ਤਾਂ ਉਹਦੇ ਵਿੱਚੋਂ ਫਿਰ ਅਸੀਂ 5 ਡੱਬੇ ਜਿਹੜੇ ਕੱਲ ਕੱਢੇ 20 ਅੱਜ ਕੱਢੇ। ਮੈਡਮ ਤੁਸੀਂ ਪਟਿਆਲੇ ਸ਼ਹਿਰ ਦੇ ਵਿੱਚ ਬਹੁਤ ਵੱਡੇ, ਬਹੁਤ ਪਿਛਲੇ ਸਮੇਂ ਤੋਂ ਉਹ ਚੀਜ਼ਾਂ 'ਤੇ ਜਾਂਦੇ ਜਿੱਥੇ ਪ੍ਰਸ਼ਾਸਨ ਵੀ ਨਹੀਂ ਬੋਲਦਾ, ਤੁਹਾਡੀ ਇੱਕ ਆਵਾਜ਼ 'ਤੇ ਤੁਸੀਂ ਦੱਸਿਆ ਕਿ ਤੁਹਾਡੇ ਬੇਟੀ ਦਾ ਵੀ ਫੋਨ ਆਇਆ ਵੀ ਉੱਥੇ ਪਾਣੀ ਉਹ ਕਰੋ, ਉਸ ਤੋਂ ਬਾਅਦ ਤੁਸੀਂ ਇੱਕ ਆਵਾਜ਼ ਲਾਉਂਦੇ ਹੋ ਜਦੋਂ ਪੂਰਾ ਪਟਿਆਲਾ ਜਿਹੜੇ ਲੋਕ ਆ ਇਕੱਠੇ ਹੋ ਜਾਂਦੇ, ਕਿਆ ਇਹ ਉਪਰਾਲਾ ਤੁਹਾਨੂੰ ਇਵੇਂ ਲੱਗਿਆ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਤੁਸੀਂ ਕਰਕੇ ਤੁਸੀਂ ਉਹ ਕੀਤੀ ਹੈ? ਮੈਂ ਦੇਖੋ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਜ਼ਰੂਰਤ ਹੈ ਔਰ ਕੋਈ ਪੈਸੇ ਦੀ ਦਿੱਕਤ ਨਹੀਂ, ਕਿਉਂਕਿ ਮੈਂ ਇੱਕ ਗੱਲ ਬੜੇ ਫਖਰ ਨਾਲ ਕਹਿੰਦੀ ਹਾਂ ਕਿ ਪਟਿਆਲੇ ਵਿੱਚ ਦਾਨ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ, ਸਹਿਯੋਗ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਮੈਨੂੰ ਡੇਲੀ ਮਤਲਬ ਇੰਨੇ ਕੁ ਪੈਸੇ ਆ ਰਹੇ ਹੈ ਵੀ ਜਿੰਨਾ ਕਾ ਚੱਲ ਜਾਂਦਾ। ਇੱਕ ਦਿਨ ਦਾ ਖਰਚਾ ਸਾਡਾ 4,000-5,000 ਦੇ ਵਿੱਚ ਹੈ। ਲੋਕ ਆਪਣੇ ਆਪ ਆ ਕੇ ਲੰਘਦੇ ਲੰਘਦੇ ਵੀ, ਇੱਕ ਮੈਂ ਇੰਸੀਡੈਂਟ ਸ਼ੇਅਰ ਕਰੂੰਗੀ। ਇੱਕ ਬੱਚਾ ਛੋਟਾ ਪਿੰਡ ਦਾ, ਇੱਥੇ ਕੋਈ ਐਕਸੀਡੈਂਟ ਐਮਰਜੈਂਸੀ 'ਚ ਹੋਇਆ, ਉੱਥੇ ਆਇਆ ਹੋਇਆ ਸੀ। ਉਹ ਬੱਚੇ ਨੇ ਪਾਣੀ ਦੀਆਂ ਬੋਤਲਾਂ ਲਈਆਂ ਤੇ ਉਹ 30 ਰੁਪਏ ਦੇ ਕੇ ਗਿਆ। ਮੈਂ ਬਹੁਤ ਮਨਾ ਕੀਤਾ, ਮੈਂ ਉਹਨੂੰ ਕਿਹਾ, ਮੈਂ ਆਪਣੇ ਵੱਲੋਂ 100 ਦੇ ਰਹੀ ਸੀ। ਮੈਂ ਕਿਹਾ ਬੇਟਾ ਤੂੰ ਮੇਰੇ ਕੋਲ ਨਹੀਂ, ਕਹਿੰਦਾ ਜੀ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ, ਮੈਨੂੰ ਵਧੀਆ ਲੱਗਿਆ। ਸੋ ਮੇਰੇ ਲਈ ਉਹ 30 ਰੁਪਏ
ਇਸੇ ਇੱਕ ਮੈਡਮ ਹੈ, ਉਹ ਆਪਣਾ ਨਾਮ ਨਹੀਂ ਜ਼ਾਹਰ ਕਰਦੇ, ਉਹਨਾਂ ਨੇ ਕਿਹਾ ਕਿ 5,000 ਰੁਪਇਆ ਉਹਨਾਂ ਨੇ ਭੇਜਿਆ। ਅਤੇ ਜਦੋਂ ਲੜਕਾ ਲੈਣ ਗਿਆ ਤੇ ਉਹਨਾਂ ਦੇ ਸਰਵੈਂਟ ਨੇ ਕਿਹਾ ਰੁਕੋ, 100 ਰੁਪਇਆ ਉਹਨਾਂ ਦੇ ਸਰਵੈਂਟ ਨੇ ਦਿੱਤਾ। ਸੋ ਇੱਥੇ ਆਪਾਂ ਨਹੀਂ ਕਹਿੰਦੇ ਕਿ ਜਿਹੜੇ ਪੈਸੇ ਵਾਲੇ ਆ ਉਹੀ ਦਾਨ ਕਰਦੇ ਆ ਜਾਂ ਉਹੀ ਮਾਇਕ ਸਹਾਇਤਾ ਦਿੰਦੇ ਆ। ਇੱਥੇ ਜੋ ਕੋਈ ਜਿੰਨੇ ਜੋਗਾ ਹੈ ਉਹ 10 ਵਾਸਤੇ ਹੈ, ਉਹਦੀ ਕੈਪੇਬਿਲਿਟੀ 50 ਹੈ, ਮਤਲਬ ਉਹ ਕਰਦੇ ਆ ਸਾਰੇ। ਔਰ ਅੱਜ ਮੈਨੂੰ ਲੱਗਦਾ ਵੀ ਜੇ ਇੱਦਾਂ ਅਸੀਂ 1-2 ਮਹੀਨੇ ਵਿੱਚ ਲਾ ਸਕਦੇ ਹਾਂ, ਇੰਨਾ ਸਹਿਯੋਗ। ਬਿਲਕੁਲ ਮੈਡਮ, ਕਿਉਂਕਿ ਰਜਿੰਦਰ ਅਫਸਲ ਉਹ ਮਾਲਵੇ ਦਾ ਉਹ ਹੋਸਪਿਟਲ ਹੈ ਜਿੱਥੇ ਕਿ ਪੂਰੇ ਬਠਿੰਡੇ ਤੱਕ ਤੋਂ, ਗੰਗਾਨਗਰ, ਰਾਜਸਥਾਨ ਤੱਕ ਤੋਂ ਦੁਨੀਆ ਆਉਂਦੀ ਹੈ। ਔਰ ਪ੍ਰਸ਼ਾਸਨ ਬੇਸ਼ੱਕ ਸਰਕਾਰ ਗ੍ਰਾਂਟਾਂ ਦੇ ਰਹੀ ਹੈ, ਬਹੁਤ ਬਿਲਡਿੰਗਾਂ ਵੀ ਬਣੀਆਂ, ਪਰ ਜਿੱਥੇ ਕੁਛ ਕੁ ਘਾਟ ਹੁੰਦੀ ਹੈ, ਜ਼ਿਆਦਾਤਰ ਮਰੀਜ਼ ਨੂੰ ਚਾਹੀਦਾ ਹੁੰਦਾ ਗਰਮੀ ਦੇ ਦਿਨਾਂ 'ਚ ਪਾਣੀ, ਕਿਉਂਕਿ ਅੰਦਰ ਵਾਰਡ ਤੋਂ ਜੇ ਕੋਈ 8 ਨੰਬਰ ਵਾਰਡ 'ਚ ਵੀ ਆਏਗਾ ਤਾਂ ਉਹ ਪਹਿਲਾਂ 10 ਕਿਲੋਮੀਟਰ ਆਉਂਦਾ ਹੈ, ਐਮਰਜੈਂਸੀ ਦੇ ਵਿੱਚ ਵੀ ਬਹੁਤ ਦੂਰ ਹੈ। ਕਿਆ ਜਿਹੜੀ ਇਹ ਤੁਸੀਂ ਚੀਜ਼ ਕੀਤੀ ਬਹੁਤ ਵਧੀਆ, ਕਿਉਂਕਿ ਸਾਡਾ ਵੀ ਦੇਖੋ ਚੈਨਲ ਦਾ ਵੀ, ਸਾਡਾ ਅਦਾਰੇ ਦਾ ਮਤਲਬ ਅਸੀਂ ਲੋਕਾਂ ਦੀ ਸਮੱਸਿਆਵਾਂ ਦੱਸੀਏ। ਮੈਂ ਖੁੱਲਿਆ ਨਾ, ਮਤਲਬ ਜੇ ਤੁਸੀਂ ਨਾ ਦੇਖਦੀ ਸ਼ਾਇਦ ਮੇਰੇ ਮਾਇੰਡ 'ਚ ਖਿਆਲ ਨਾ ਆਉਂਦਾ, ਜਾਂ 2 ਦਿਨ ਲੇਟ ਆਉਂਦਾ, ਖਬਰ ਤਾਂ ਮਿਲ ਹੀ ਜਾਣੀ ਸੀ ਕਿਤੋਂ ਨਾ ਕਿਤੋਂ। ਪਰ ਇਹ ਹੈ ਕਿ ਮੈਂ ਮਤਲਬ ਇਸ ਲਈ ਪਹਿਲਾਂ ਬੱਚੀ ਦਾ ਚੈਨਲ 'ਤੇ ਹੀ ਦੇਖਿਆ ਸੀ, ਰਾਤੀ 11 ਵਜੇ ਮੈਂ ਫੋਨ ਕਰਕੇ ਉਹਦੇ ਸਾਰਾ ਕੁਛ ਲਿਆ, ਔਰ ਉਹਦੀ 30,000 ਫੀਸ ਸੀ, ਉਹ ਝੋਨਾ ਲਾ ਰਹੀ ਸੀ ਬੱਚੀ। ਸੋ ਮਤਲਬ ਜਿਹੜੀ ਵੀਡੀਓ ਹੁੰਦੀ ਹੈ ਨਾ, ਉਹ ਇੰਪੈਕਟ ਜਲਦੀ ਪਾਉਂਦੀ ਹੈ। ਤੁਸੀਂ ਸੁਣੀ ਸੁਣਾਈ ਕੋਈ 4 ਬੰਦੇ ਆ ਕੇ ਕਹਿ ਦੇਣ ਵੀ ਪਾਣੀ ਨਹੀਂ ਮਿਲਦਾ, ਪਾਣੀ, ਉਹ ਇੰਨਾ ਇਫੈਕਟ ਨਹੀਂ ਕਰਦਾ, ਇਫੈਕਟ ਕਰਦਾ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ। ਰੱਖਿਆ ਹੋਇਆ ਆਈਸ ਬਕਟ ਰੱਖਿਆ ਹੋਇਆ, ਇਹਦੇ ਵਿੱਚ ਅਸੀਂ ਪਾ ਲੈਂਦੇ ਹਾਂ। ਉੱਥੇ 2 ਜਾਂ 3 ਚੱਕਰ ਲਗਾਈਦੇ ਹਾਂ, ਕਿਉਂਕਿ ਐਮਰਜੈਂਸੀ ਵਾਲਾ ਪੇਸ਼ੈਂਟ ਉੱਥੇ ਹੁੰਦਾ, ਇੰਨੀ ਦੂਰ ਆ ਨਹੀਂ ਸਕਦੇ, ਅਤੇ ਅਸੀਂ ਉੱਥੇ ਜਿਹੜੀ ਹੈ ਪਹੁੰਚ ਕਰਦੇ ਹਾਂ, ਬੈਠੇ ਹੁੰਦੇ ਆ ਜਿੰਨੇ ਵੀ 2-2, 4-4। ਔਰ ਇੱਥੇ ਵੀ ਦੇਖੋ ਇਹ ਲੰਗਰ ਚੱਲ ਰਿਹਾ ਗੁਰਦੁਆਰਾ ਸਾਹਿਬ ਦਾ, ਇੱਥੇ ਸੰਗਤ ਜਦੋਂ ਆਉਂਦੀ ਹੈ ਪਾਣੀ ਲੈਣ, ਇਹਨਾਂ ਨੂੰ ਕਹੀਦਾ ਵੀ ਆਪਣੇ ਲਈ ਲੈ ਲਓ, ਜਦੋਂ ਲੰਗਰ ਛੱਕ ਕੇ ਵਾਪਿਸ ਜਾਓਗੇ ਤਾਂ ਤੁਸੀਂ ਆਪਣੇ ਪੇਸ਼ੈਂਟ ਵਾਸਤੇ 4, 6, 8 ਕੋਈ ਰਿਸਟ੍ਰਿਕਸ਼ਨਸ ਨਹੀਂ ਹੈ, ਜਿੰਨੀਆਂ ਮਰਜ਼ੀ ਬੋਟਲਸ ਹੈ ਉਹ ਲੈ ਕੇ ਜਾਓ। ਉਹ ਬਿਲਕੁਲ, ਤਸਵੀਰ ਵੀ ਮੈਂ ਦਿਖਾਉਣਾ, ਕਿਉਂਕਿ ਮੈਡਮ ਨੇ ਦੇਖੋ ਬਰਫ਼ ਵੀ ਹੈਗੀ ਹੈ, ਬਰਫ਼ ਦੀ ਸਿੱਲੀ ਡੇਲੀ, ਭਾਵੇਂ 2 ਸਿੱਲੀਆਂ ਲੱਗਣ, 4 ਲੱਗਣ, ਉਹ ਹੈ ਇਹ ਵਾਰਡ ਦੇ ਵਿੱਚ ਐਮਰਜੈਂਸੀ 'ਚ ਵੱਖਰਾ ਪਾਣੀ ਜਾਂਦਾ ਹੈ। ਸੋ ਬਿਲਕੁਲ ਇੱਧਰ ਵੀ ਤੁਸੀਂ ਦੇਖ ਰਹੇ ਹੋ ਕਿ 2-2 ਟੱਪ ਭਰੇ ਹੋਏ ਠੰਡਾ ਪਾਣੀ, ਜਿਹੜੇ ਕਿ ਉਰੇ ਲੋਕਾਂ ਨੂੰ ਪੀਣ ਨੂੰ ਮੁਹੱਈਆ ਹੋਇਆ। ਸੋ ਬਿਲਕੁਲ ਅਸੀਂ ਔਨਅਰ ਦੇ ਅਦਾਰੇ ਵੱਲੋਂ ਵੀ ਮੈਡਮ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਅਦਾਰੇ ਦੀ ਮਤਲਬ ਸਾਡੀ ਖਬਰ ਦੇਖ ਕੇ ਉਹਨਾਂ ਦੇ ਮਨ 'ਚ ਆਇਆ, ਅਤੇ ਜਿਨ੍ਹਾਂ ਨੇ ਮਰੀਜ਼ਾਂ ਦੇ ਰਿਸ਼ਤੇਦਾਰ ਜਾਂ ਹੋਰ ਲੋਕਾਂ ਲਈ ਸਹਾਰਾ ਬਣ ਕੇ ਅੱਗੇ ਆਏ। ਤਾਂ ਮੈਡਮ ਨੇ ਕਿਹਾ ਕਿ ਪਟਿਆਲਾ ਦੇ ਲੋਕ ਜਿਹੜੇ ਇਹਨਾਂ ਨਾਲ ਜੁੜੇ ਹੋਏ ਹਨ, ਉਹ ਕਦੀ ਵੀ ਕਿਸੇ ਵੀ ਸੇਵਾ ਦੇ ਲਈ ਮੈਡਮ ਹਾਜ਼ਰ ਹੁੰਦੇ ਆ, ਤਾਂ ਉਹ ਕਦੇ ਨਾ ਨਹੀਂ ਕਰਦੇ। ਸੋ ਬਹੁਤ ਵਧੀਆ ਉਪਰਾਲਾ, ਅਸੀਂ ਵੀ ਲੋਕਾਂ ਦੇ ਇਹੋ ਜਿਹੇ ਮਸਲੇ ਜਿਹੜੇ ਕਿ ਅਸੀਂ ਆਪਣੇ ਅਦਾਰੇ ਰਾਹੀਂ ਦਰਸ਼ਕਾਂ ਦੇ ਦਿਖਾਉਂਦੇ ਰਹਾਂਗੇ। ਪਟਿਆਲਾ ਤੋਂ ਔਨਰ ਦੇ ਨਾਲ ਚਰਨਜੀਤ ਜੋਸ਼ੀ।